ਇਹ ਘਰ ਦੀ ਮਜਬੂਰੀ ਕਾਰਨ ਬਾਈਆਂ ਨੇ ਵਿਕਾਊ ਕਰੇ ਹੈਗੇ, ਅਤੇ ਨਹੀਂ ਤਾਂ ਇਹ ਪਸ਼ੂ ਨਹੀਂ ਵੇਚਣੇ ਸੀਗੇ, ਕਿਉਂਕਿ ਮੱਝ ਵੀ ਚੰਗੀ ਹੈਗੀ ਅਤੇ ਵਹਿੜ ਵੀ ਵਧੀਆ ਹੈਗੀ, ਇਹ ਮਜਬੂਰੀ ਕਾਰਨ ਹੀ ਵੇਚ ਰਹੇ ਹੈਗੇ, ਅਤੇ ਰੇਟ ਵੀ ਇਹਨਾਂ ਦੇ ਠੀਕ ਹੀ ਹੋਣਗੇ, ਜਾਇਜ਼ ਹੋਣਗੇ, ਬਾਕੀ ਜੋ ਰੇਟ ਦੱਸੇ ਜਾਣਗੇ ਮੌਕੇ 'ਤੇ ਮਾਣ ਤਾਣ ਹੋ ਜੂਗਾ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਅਰੀ ਫਾਰਮ ਦੇ ਉੱਤੇ। ਦੋਸਤੋ, ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਆਦਮਪੁਰਾ, ਤਹਿਸੀਲ ਰਾਮਪੁਰਾ ਫੂਲ ਅਤੇ ਜ਼ਿਲ੍ਹਾ ਬਠਿੰਡਾ, ਅਤੇ ਬਾਈਆਂ ਕੋਲ ਦੋ ਪਸ਼ੂ ਵਿਕਾਊ ਆ ਗਏ, ਇੱਕ ਸਾਹਮਣੇ ਤੁਸੀਂ ਮੱਝ ਦੇਖ ਰਹੇ ਹੋ ਅਤੇ ਇੱਕ ਉੱਧਰ ਵੈੜ ਆ ਗਈ। ਵੈੜ ਨੇ ਪਹਿਲੇ ਸੂਏ ਸੂਣਾ ਗਾ ਅਤੇ ਮੱਝ ਨੇ ਸੂਣਾ ਇਸ ਵਾਰ ਚੌਥੇ ਸੂਏ, ਤਿੰਨ ਚਾਰ ਦਿਨ ਇਹਦੇ ਬਾਕੀ ਆ ਦਿਨ ਪੂਰੇ ਹੋਣ 'ਚ, ਅਤੇ ਬਾਕੀ ਬਾਈ ਕਹਿੰਦੇ ਵੀ ਕੁਛ ਦਿਨ ਉੱਤੇ ਵੀ ਲੈ ਜਾਂਦੀ ਆ, ਅਤੇ ਹਫ਼ਤਾ ਕੁ ਮਤਲਬ ਆਪਾਂ ਮੰਨ ਕੇ ਚੱਲ ਗਏ ਵੀ ਹਫ਼ਤਾ ਇਹ ਸੂੰਦੀ ਨਹੀਂ। ਘਰ ਦੀ ਮੱਝ ਆ ਹੈ ਚੰਗੇ ਸੀਮਨ ਦੀ ਆ ਬਾਈ ਦੱਸਦੇ ਆ ਵੀ, ਪਰ ਇਹਦਾ ਰਿਕਾਰਡ ਨਹੀਂ ਪਤਾ ਹੈਗਾ ਵੀ ਕਿਹੜੇ ਸੀਮਨ ਦੀ ਹੈਗੀ। ਲੰਮਾ ਸਮਾਂ ਦੁੱਧ ਦਿੰਦੀ ਆ ਅਤੇ ਦੁੱਧ ਵੀ ਚੰਗਾ ਦਿੰਦੀ ਆ, 16 ਤੋਂ 17 ਲੀਟਰ ਦੁੱਧ ਇਹ ਦਿੰਦੀ ਹੈਗੀ, ਅਤੇ ਬਾਈ ਕਹਿੰਦੇ ਵੀ 15 ਲੀਟਰ ਮੰਨ ਕੇ ਕੋਈ ਮਰਜ਼ੀ ਲੈ ਜੇ ਵੀ ਦੁੱਧ ਜਾਣੀ 16-17 ਦਿੰਦੀ ਹੈਗੀ, ਅਤੇ ਇਸ ਵਾਰ ਵੀ ਇੰਨੀ ਉਮੀਦ ਹੈਗੀ, ਅਤੇ ਬਾਕੀ ਸੂਏ 'ਤੇ ਡਿਪੈਂਡ ਹੁੰਦਾ ਸੂਆ ਚੰਗਾ ਪੈ ਜੇ, ਅਤੇ ਬਾਕੀ ਥੋੜ੍ਹਾ ਜਿਹਾ ਉੱਪਰੇ ਦਾ ਕਈ ਵਾਰੀ ਹੋ ਜਾਂਦਾ ਗਾ, ਊਂ ਠੰਡੀ ਸੀਲ ਹੈਗੀ, ਅਤੇ ਸੀਮਨ ਵੀ ਇਹਦੇ ਚੰਗਾ ਲੱਗਿਆ ਵਾ ਅਤੇ ਰਿਕਾਰਡ ਨਹੀਂ ਗੱਲ ਕਰ ਉਹਦਾ ਵੀ ਸਾਂਭਿਆ ਗਾ। ਚੌਥੇ ਸੂਏ ਇਹਨੇ ਇਸ ਵਾਰ ਸੂਣਾ ਗਾ ਅਤੇ ਤੁਹਾਨੂੰ ਆਪਾਂ ਦੁਬਾਰੇ ਦੱਸ ਦਿੰਦੇ ਹਾਂ, 16-17 ਲੀਟਰ ਦੁੱਧ ਦਾ ਰਿਕਾਰਡ ਆ, ਅਤੇ ਬਾਕੀ ਸਿੰਗਾਂ ਦੀ ਕੁਆਲਿਟੀ ਕੱਦ ਕਾਰਡ ਚੰਗੇ ਦੇ ਵਿੱਚ ਹੈਗੀ, ਬਾਡੀ ਬਣਤਰ ਦੀ ਭਾਰੀ ਹੈਗੀ ਪੂਰੀ, ਅਤੇ ਥਣਲੇ ਵੀ ਇਹਦੀ ਪੂਰੀ ਸਾਫ਼ ਹੈਗੀ, ਅਤੇ ਪਿੱਠ ਪੁੜਾ ਵੀ ਬਹੁਤ ਚੌੜਾ ਗਾ, ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਪਿੱਠ ਪੁੜੇ ਦੀ ਵੀ ਚੌੜੀ ਆ, ਕੱਦ ਵੀ ਵਧੀਆ ਦੇ ਵਿੱਚ ਹੈਗੀ, ਅਤੇ ਬਾਕੀ ਥਣ ਤੁਸੀਂ ਦੇਖ ਸਕਦੇ ਹੋ ਥਣਾਂ ਦਾ ਸਾਈਜ਼ ਬਹੁਤ ਵਧੀਆ, ਮੁੱਢ ਹੈਗਾ ਮੋਟਾ ਅਤੇ ਥੱਲੇ ਤੋਂ ਪਤਲੇ ਹੁੰਦੇ ਜਾਂਦੇ ਆ ਥਣ, ਅਤੇ ਵਿੱਥੀ ਵੀ ਬਹੁਤ ਆ ਥਣਾਂ ਦੇ ਵਿੱਚ, ਅਤੇ ਥਣਾਂ ਦਾ ਸਾਈਜ਼ ਵੀ ਜਮ੍ਹਾਂ ਇੱਕੋ ਜਿਹਾ, ਮੂਹਰਲੇ ਵੀ ਪਤਲੇ ਵੀ ਜਿਵੇਂ ਪਿਛਲੇ ਵੀ ਅਤੇ ਮੂਹਰਲੇ ਵੀ ਪੀੜ੍ਹੀ ਦੇ ਪਾਵਿਆਂ ਅਰਗੇ ਹੈਗੇ, ਦੇਖ ਸਕਦੇ ਹੋ ਤੁਸੀਂ ਚਾਰੇ ਗੁੱਠਾਂ 'ਤੇ ਲੱਗੇ ਵਿਆ, ਅਤੇ ਵਿੱਥੀ ਬਹੁਤ ਹੈਗੀ। ਅਤੇ ਇੱਧਰ ਤੁਹਾਨੂੰ ਆਪਾਂ ਇੱਕ ਵੈੜ ਦਿਖਾਉਂਦੇ ਹਾਂਗੇ, ਇਹ ਦਰਮਿਆਨੇ ਕੱਦ ਦੇ ਵਿੱਚ ਆ, ਨਾ ਜ਼ਿਆਦਾ ਕੱਦ ਆ ਅਤੇ ਨਾ ਹੀ ਜ਼ਿਆਦਾ ਛੋਟਾ ਹੈਗਾ, ਅਤੇ ਇਹ 2 ਦਿਨ ਦਾ ਗੀ, ਇਹਨੇ ਪਹਿਲੇ ਸੂਏ ਇਹਨੇ ਸੂਣਾ ਗਾ, ਥੋੜ੍ਹੀ ਜਿਹੀ ਕ੍ਰੋਸ ਦੇ ਵਿੱਚ ਪੈਂਦੀ ਹੈਗੀ, ਅਤੇ ਬਾਕੀ ਇਹ ਹਜੇ ਕੱਚੀ ਹੈਗੀ, ਇਹਦੇ ਤਕਰੀਬਨ 8 ਤਰੀਕ ਨੂੰ ਦਿਨ ਪੂਰੇ ਆ, ਮੰਨ ਕੇ ਚੱਲੋ ਹਜੇ 15-18 ਦਿਨ ਪਏ ਆ, ਕੁਛ ਦਿਨ ਉੱਤੇ ਵੀ ਲੈ ਜੂ, ਅਤੇ ਇਹ ਤੁਸੀਂ ਫੇਸ ਕੁਆਲਿਟੀ ਦੇਖ ਸਕਦੇ ਹੋ, ਬਾਡੀ ਬਣਤਰ ਦੇਖ ਸਕਦੇ ਹੋ, ਦਰਮਿਆਨੇ ਕੱਦ ਦੇ ਵਿੱਚ ਆ, ਪਰ ਸਾਂਭੀ ਵੀ ਚੰਗੀ ਆ, ਲੱਸੀ ਨਹੀਂ ਹੈਗੀ ਕਿਸੇ ਪਾਸਿਓਂ, ਮੂੰਹੋਂ 2 ਦੰਦ ਆ ਅਸੀਂ ਦੇਖ ਲਏ ਹੈਗੇ, ਬਾਕੀ ਤੁਸੀਂ ਕਨਫਰਮ ਕਰ ਸਕਦੇ ਹੋ ਆਕੇ, ਅਤੇ ਥਣ ਵੀ ਸੋਹਣੇ ਕੱਢਦੀ ਹੈਗੀ, ਬਾਕੀ ਦਿਨ ਹਜੇ ਕਾਫੀ ਪਏ ਹੈਗੇ, ਅਤੇ ਇਹ 2 ਨਗ ਪਕਾਊ ਹੈਗੇ, ਅਤੇ ਇਹ ਘਰ ਦੀ ਮਜਬੂਰੀ ਕਾਰਨ ਬਾਈਆਂ ਨੇ ਵਿਕਾਊ ਕਰੇ ਹੈਗੇ, ਅਤੇ ਨਹੀਂ ਤਾਂ ਇਹ ਪਸ਼ੂ ਨਹੀਂ ਵੇਚਣੇ ਸੀਗੇ, ਕਿਉਂਕਿ ਮੱਝ ਵੀ ਚੰਗੀ ਹੈਗੀ ਅਤੇ ਵੈੜ ਵੀ ਵਧੀਆ ਹੈਗੀ, ਇਹ ਮਜਬੂਰੀ ਕਾਰਨ ਹੀ ਵੇਚ ਰਹੇ ਹੈਗੇ, ਅਤੇ ਰੇਟ ਵੀ ਇਹਨਾਂ ਦੇ ਠੀਕ ਹੀ ਹੋਣਗੇ, ਜਾਇਜ਼ ਹੋਣਗੇ, ਬਾਕੀ ਜੋ ਰੇਟ ਦੱਸੇ ਜਾਣਗੇ ਮੌਕੇ 'ਤੇ ਮਾਣ ਤਾਣ ਹੋ ਜੂਗਾ। ਅਤੇ ਇਹ ਮੱਝ ਦਾ ਰੇਟ ਹੈਗਾ 1,48,000, ਅਤੇ ਮੌਕੇ 'ਤੇ ਮਾਣ ਤਾਣ ਵਧੀਆ ਕਰਿਆ ਜਾਊਗਾ। ਅਤੇ ਜਿਹੜੀ ਇਹ ਵੈੜ ਹੈਗੀ ਇਹਦਾ ਰੇਟ ਮੌਕੇ 'ਤੇ ਹੋਊਗਾ, ਤੁਸੀਂ ਫੋਨ ਲਾ ਕੇ ਬਾਈਆਂ ਨਾਲ ਪੁੱਛ ਸਕਦੇ ਹੋ ਅਤੇ ਵੀ ਕੀ ਰੇਟ ਆ, ਕਿਉਂਕਿ ਇਹਦੇ ਹਜੇ ਦਿਨ ਕਾਫੀ ਪਏ ਹੈਗੇ, ਤਾਂ ਕਰਕੇ ਇਹਦਾ ਰੇਟ ਕੋਈ ਵੀਡੀਓ ਦੇ ਵਿੱਚ ਕਨਫਰਮ ਨਹੀਂ ਕਰਿਆ ਹੈਗਾ। ਅਤੇ
ਜਿਹਨੂੰ ਵੀ ਕੋਈ ਵੀ ਪਸ਼ੂ ਪਸੰਦ ਆਉਂਦਾ, ਦੋਵੇਂ ਪਸੰਦ ਆਉਂਦੇ ਆ, ਜਾਂ ਕਿਸੇ ਨੇ ਵੈੜ ਖਰੀਦਣੀ ਆ ਜਾਂ ਕਿਸੇ ਨੇ ਮੱਝ ਖਰੀਦਣੀ ਆ, ਅਤੇ ਸਕਰੀਨ 'ਤੇ ਨੰਬਰ ਚੱਲੀ ਜਾਂਦਾ ਅਤੇ ਤੁਸੀਂ ਬਾਈਆਂ ਨਾਲ ਗੱਲਬਾਤ ਕਰਕੇ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਅਤੇ ਫਿਰ ਤੁਸੀਂ ਪਸ਼ੂਆਂ ਨੂੰ ਖਰੀਦ ਸਕਦੇ ਹੋ ਜੀ। ਅਤੇ ਬਾਕੀ ਤੁਹਾਨੂੰ ਆਪਾਂ ਤੋਰ ਕੇ ਦਿਖਾਉਂਦੇ ਹਾਂ ਦੋਸਤੋ, ਥੋੜ੍ਹਾ ਜਿਹਾ ਡਰਦੀ ਹੈਗੀ, ਆਪਾਂ ਦੂਰੋਂ ਹੀ ਵੀਡੀਓ ਬਣਾਵਾਂਗੇ ਅਤੇ ਕਿਉਂਕਿ ਖੇਤਾਂ ਦੇ ਵਿੱਚ ਘਰ ਆ ਅਤੇ ਆਮ ਕੋਈ ਓਪਰਾ ਬੰਦਾ ਥੋੜ੍ਹਾ ਜਿਹਾ ਘੱਟ ਆਉਂਦਾ, ਬਾਕੀ ਡਾਕਟਰ ਦਾ ਵੀ ਹੋ ਜਾਂਦਾ ਗਾ, ਡਾਕਟਰ ਤੋਂ ਵੀ ਪਸ਼ੂ ਡਰਦੇ ਰਹਿੰਦੇ ਆ ਅਤੇ ਓਪਰੇ ਬੰਦੇ ਤੋਂ ਵੀ, ਅਤੇ ਆਪਾਂ ਗੇੜਾ ਕਢਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਨੂੰ ਇੱਕ ਥਾਂ ਖੜ ਕੇ ਹੀ ਆਪਾਂ ਤੋਰ ਦੀ ਜੱਜਮੈਂਟ ਤੁਹਾਨੂੰ ਆਪਾਂ ਕਰਾ ਦਾਂਗੇ, ਇੱਥੋਂ ਤੁਸੀਂ ਜੱਜਮੈਂਟ ਕਰ ਸਕਦੇ ਹੋਗੇ। ਡਿਟੇਲ ਆਪਾਂ ਤਕਰੀਬਨ ਸਾਰੀ ਤੁਹਾਨੂੰ ਦੱਸਤੀ ਆ ਮੱਝ ਦੀ, ਅਤੇ ਮੱਝ ਚੰਗੇ ਦੁੱਧ ਵਾਲੀ ਆ, ਬਲ ਇਹ ਆ ਅਤੇ ਤੁਰਦੀ ਤੋਂ ਤੁਸੀਂ ਜੱਜਮੈਂਟ ਕਰ ਸਕਦੇ ਹੋ, ਥੋੜ੍ਹਾ ਜਿਹਾ ਡਰਦੀ ਕਰਕੇ ਨਹੀਂ ਤੁਹਾਨੂੰ ਨੇੜਿਓਂ ਵੀ ਦਿਖਾ ਦਿੰਦੇ ਜੀ, ਅਤੇ ਬਾਕੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ। ਬਾਕੀ ਬਾਡੀ ਬਣਤਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਅਤੇ ਸਾਂਭੀ ਬੜੀ ਚੰਗੀ ਆ, ਪੂਰੀ ਆਰਡਰ ਕੁਆਲਿਟੀ ਦੀ ਪੂਰੀ ਸਾਫ ਆ, ਆਰਡਰ ਇਹਨੇ ਵਧੀਆ ਸਟਾਰਟ ਕਰਿਆ ਹੈਗਾ ਬਣਾਉਣਾ, ਬਾਕੀ ਹਜੇ ਦਿਨ ਪਏ ਆ, ਉਮੀਦ ਆ ਵੀ ਮੌਕੇ 'ਤੇ ਚੰਗਾ ਤਿਆਰ ਕਰੂਗੀ। ਅਤੇ ਬਾਕੀ ਇਹਨੂੰ ਪਸੰਦ ਆਉਂਦੀ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ, ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਅਤੇ ਤੁਸੀਂ ਇਸ ਮੱਝ ਨੂੰ ਖਰੀਦ ਸਕਦੇ ਹੋਗੇ। ਬਾਕੀ ਜਿਹਨੂੰ ਵੈੜ ਪਸੰਦ ਆਉਂਦੀ ਆ ਅਤੇ ਇਹਦੇ ਸੰਬੰਧ ਦੇ ਵਿੱਚ ਵੀ ਤੁਸੀਂ ਕਾਲ ਕਰ ਸਕਦੇ ਹੋ ਕੱਚੀ ਕਰਕੇ, ਇਹਦਾ ਫੋਨ ਰੇਟ ਆ ਜਿਹੜਾ ਉਹ ਫੋਨ ਦੇ ਉੱਤੇ ਹੈਗਾ, ਬਾਕੀ ਤੁਹਾਨੂੰ ਤੋਰ ਕੇ ਨਹੀਂ ਦਿਖਾਉਂਦੇ, ਇਹ ਵੀ ਕਾਫੀ ਡਰਦੀ ਹੈਗੀ। ਅਤੇ ਕੋਈ ਵੀ ਪਸ਼ੂ ਪਸੰਦ ਆਉਂਦਾ ਤਾਂ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ। ਅਤੇ ਵੀਡੀਓ 'ਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ, ਅਤੇ ਜਿਹੜੇ ਭਰਾ ਚੈਨਲ 'ਤੇ ਨਵੇਂ ਆਏ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।